अस्सलाम वालेकुम गाइस, अज वाली वीडियो असीं लै के आए फार स्किन केयर के तुसी अपनी स्किन दी किस तरह केयर कर सकते हो। जिस तरह के हुण मौसम तब्दील हो रहा, सर्दियां जा रही, गर्मियां आ रही, बहुत सारे लोगों के फेस उत्ते रिंकल पिंपल बन रहे, एक्नी ते ओपन पोर्स की वजह तो परेशान जेडे लोग, उन्हां वास्ते बड़ा ही असीं आउट क्लास फार्मूला लैके आए। ओपन पोर्स का मुकम्मल 15 दिन प्रॉपर इस फार्मूले के इस्तेमाल नाल खात्मा हो जाएगा जी। एक्नी पिंपल की वजह तो जेडे लोग परेशान, उन्होंने वास्ते भी बड़ा ही आउट क्लास फार्मूला, वाइटनिंग ब्राइटनिंग का भी बहुत ही आउट क्लास फार्मूला लैके आए थोड़े वास्ते। अज वाली वीडियो दे विच असीं एक लैके आए बिटनोवेट क्रीम, एक लैके आए पेवर ग्रैसलिन, एक लैके आए असीं वाइटनिंग दे कैप्सूल। मुकम्मल तुहानू दसांगे वीडियो च अगे कि तुसीं रेमडी किस तरह तैयार कर सकते हो। वीडियो च अगे वधण तों पहले जेहड़ा सिस्टर भाई मेरे चैनल तों नवां, चैनल सबसक्राइब कर लो, बेल आइकन दे निशान नूं प्रेस कर दो ताकि इस तरह दे मजीद वीडियो आसानी नाल तुहाडे तक पहुंच सकन। ते दोस्तो अज वाली वीडियो च असीं लैके आए सब तों पहले बिटनोवेट एन क्रीम, तुहानू किसे भी अच्छे मेडिकल स्टोर तों 100 रुपए की आसानी नाल मिल जाएगी। दूसरे नंबर ते असीं लैके आए पेवर ग्रैसलिन ते वाइटनिंग दे कैप्सूल। ये अगर पहली तो गल है, तुहानू तीनों चीजा मेडिकल स्टोर तों ही मिल जाएगी। अगर तुहानू मेडिकल स्टोर तों ग्रैसलिन ते वाइटनिंग दे कैप्सूल ना मिलन, तुहानू किसी अच्छे कॉस्मेटिक शॉप तों आसानी नाल मिल जाएंगे जी। ਤੁਸੀਂ ਲੈ ਲੈਣੀ ਸਭ ਤੋਂ ਪਹਿਲੇ ਬਿਟਨੋਵੇਟ ਕਰੀਮ, ਫਿਰ ਪੇਵਰ ਗ੍ਰੈਸਲੀਨ ਤੇ ਵਾਈਟਨਿੰਗ ਦੇ ਕੈਪਸੂਲ। ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਖਰੀਦ ਦੇ ਵਕਤ ਕਿ ਗ੍ਰੈਸਲੀਨ ਤੇ ਕੈਪਸੂਲ ਤੇ ਬਿਟਨੋਵੇਟ ਤਿੰਨੋਂ ਚੀਜ਼ਾਂ ਹੋਣ ਓਰੀਜਨਲ। ਬੜਾ ਹੀ ਆਊਟ ਕਲਾਸ ਫਾਰਮੂਲਾ ਤਿਆਰ ਹੋਏਗਾ ਜੀ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ। ਚਿਹਰੇ ਦੀ ਵਾਈਟਨਿੰਗ ਬ੍ਰਾਈਟਨਿੰਗ ਨੂੰ ਬਰਕਰਾਰ ਰੱਖਣ ਵਾਸਤੇ, ਓਪਨ ਪੋਰਸ ਰਿੰਕਲ ਪਿੰਪਲ ਦੇ ਖਾਤਮੇ ਵਾਸਤੇ, ਬੜਾ ਹੀ ਆਊਟ ਕਲਾਸ ਫਾਰਮੂਲਾ ਜੀ। ਹੁਣ ਤੁਹਾਨੂੰ ਇਹਦਾ ਦੱਸ ਦਿੰਦੇ ਤੁਸੀਂ ਇਹ ਫਾਰਮੂਲਾ ਤਿਆਰ ਕਿਸ ਤਰ੍ਹਾਂ ਕਰਨਾ। ਤੁਸੀਂ ਪਹਿਲੇ ਤਾਂ ਜਿਹੜਾ ਆ ਨਾ ਜੀ, ਇਹ 20 ml ਦੀ 20 ਗ੍ਰਾਮ ਦੀ ਬਿਟਨੋਵੇਟ ਦੀ ਟਿਊਬ ਆ। ਤੁਸੀਂ 10 ਗ੍ਰਾਮ ਜਿਹੜਾ ਨਾ ਹਾਫ ਟਿਊਬ ਕਿਸੇ ਅੱਛੇ ਬਾਊਲ ਵਿੱਚ ਲੈ ਲੈਣੀ, ਉਹਦੇ ਵਿੱਚ ਤੁਸੀਂ ਜਿਹੜਾ ਨਾ 2 ਤੋਂ 3 ਟੇਬਲ ਸਪੂਨ ਗ੍ਰੈਸਲੀਨ, ਪੇਵਰ ਗ੍ਰੈਸਲੀਨ ਨੂੰ ਐਡ ਕਰ ਲੈਣਾ, ਤੇ 4 ਤੋਂ 5 ਤੁਸੀਂ ਵਾਈਟਨਿੰਗ ਦੇ ਕੈਪਸੂਲ ਵਿੱਚ ਐਡ ਕਰ ਲੈਣੇ। ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਅੱਛੀ ਤਰ੍ਹਾਂ ਮਿਕਸ ਕਰਕੇ ਇੱਕ ਤੁਹਾਡਾ ਫਾਰਮੂਲਾ ਬਣ ਜਾਏਗਾ। ਤੁਸੀਂ ਰਾਤ ਨੂੰ ਸੌਣ ਲੱਗਿਆ ਤੁਸੀਂ ਕਿਸੇ ਅੱਛੇ ਵੀ ਸੋਪ ਜਾਂ ਵਾਸ਼ ਨਾਲ ਆਪਣੇ ਚਿਹਰੇ ਨੂੰ ਵਾਸ਼ ਕਰ ਲੈਣਾ। ਚਿਹਰੇ ਤੋਂ ਹਟ ਕੇ ਤੁਸੀਂ ਗਰਦਨ ਹੱਥਾਂ ਪੈਰਾਂ ਦੀ ਵਾਈਟਨਿੰਗ ਵਾਸਤੇ ਵੀ ਉਹਨੂੰ ਅਪਲਾਈ ਕਰ ਸਕਦੇ ਹੋ। ਮਤਲੂਬਾ ਜਗ੍ਹਾ ਨੂੰ ਤੁਸੀਂ ਅੱਛੇ ਸੋਪ ਜਾਂ ਵਾਸ਼ ਨਾਲ ਵਾਸ਼ ਕਰਨ ਤੋਂ ਬਾਅਦ ਜਿਹੜਾ ਤੁਸੀਂ ਤੁਹਾਡਾ ਫਾਰਮੂਲਾ ਬਣਾਇਆ ਹੋਏਗਾ, ਤੁਸੀਂ ਉਹਨੂੰ ਆਪਣੀ ਮਤਲੂਬਾ ਜਗ੍ਹਾ ਤੇ ਅਪਲਾਈ ਕਰ ਲੈਣਾ। ਓਪਨ ਪੋਰਸ ਰਿੰਕਲ ਪਿੰਪਲ ਵਾਸਤੇ ਬੜਾ ਹੀ ਆਊਟ ਕਲਾਸ ਫਾਰਮੂਲਾ ਜੀ ਇਹ। ਤੁਸੀਂ ਆਪਣਾ ਜਿਹੜਾ ਨਾ ਅਪਲਾਈ ਕਰਕੇ ਤੁਸੀਂ ਸੋਇਣਾ ਰਾਤ ਨੂੰ, ਤੁਸੀਂ ਇਹ ਫਾਰਮੂਲਾ ਨਾਈਟ ਟਾਈਮ ਯੂਜ਼ ਕਰਨਾ। ਇਸ ਫਾਰਮੂਲੇ ਨੂੰ ਡੇ ਟਾਈਮ ਯੂਜ਼ ਤੁਸੀਂ ਨਹੀਂ ਕਰਨਾ, ਰਿਜ਼ਲਟ ਨਹੀਂ ਆਏਗਾ। ਇਹ ਨਾਈਟ ਫਾਰਮੂਲਾ ਤੁਸੀਂ ਨਾਈਟ ਟਾਈਮ ਇਹਨੂੰ ਯੂਜ਼ ਕਰਨਾ, ਤੇ ਸਵੇਰ ਉੱਠ ਕੇ ਤੁਸੀਂ ਰਾਤ ਅਪਲਾਈ ਕਰਕੇ ਸੋਇਣਾ, ਸਵੇਰ ਉੱਠ ਕੇ ਕਿਸੇ ਅੱਛੇ ਫੇਸ ਵਾਸ਼ ਜਾਂ ਸੋਪ ਨਾਲ ਆਪਣੇ ਚਿਹਰੇ ਨੂੰ ਵਾਸ਼ ਕਰ ਦੇਣਾ। ਇਨਸ਼ਾਅੱਲਾ 1 ਹਫ਼ਤੇ ਵਿੱਚ ਓਪਨ ਪੋਰ ਰਿੰਕਲ ਪਿੰਪਲ ਦਾ ਬਿਲਕੁਲ ਖਾਤਮਾ ਹੋ ਜਾਏਗਾ, ਵਾਈਟਨਿੰਗ ਬ੍ਰਾਈਟਨਿੰਗ ਵਿੱਚ ਵੀ ਬੇਪਨਾਹ ਇਜ਼ਾਫਾ ਹੋਏਗਾ ਜੀ। ਤੇ ਹੁਣ ਕਰ ਲੈਂਦੇ ਪਾਕਿਸਤਾਨੀ ਮਾਰਕੀਟ ਵਿੱਚ ਕੀਮਤ ਦੀ ਗੱਲ। ਬਿਟਨੋਵੇਟ ਤੁਹਾਨੂੰ 100 ਰੁਪਏ ਦੀ ਮਿਲ ਜਾਏਗੀ, ਪੇਵਰ ਗ੍ਰੈਸਲੀਨ ਵੀ ਤੁਹਾਨੂੰ 100 ਰੁਪਏ ਦੀ ਮਿਲ ਜਾਏਗੀ, ਵਾਈਟਨਿੰਗ ਦੇ ਕੈਪਸੂਲ ਦੀ ਕੀਮਤ ਹੈ 10 ਰੁਪਏ। 5 ਵੀ ਤੁਸੀਂ ਕੈਪਸੂਲ ਲਓ, 50 ਰੁਪਏ ਦੇ ਕੈਪਸੂਲ ਹੋ ਗਏ, 200 ਰੁਪਏ ਦੀਆਂ ਦੋਨੋਂ ਚੀਜ਼ਾਂ। 250 ਰੁਪਏ ਵਿੱਚ ਤੁਹਾਡਾ ਜਿਹੜਾ ਨਾ ਜੀ 2 ਤੋਂ 3 ਮਹੀਨਿਆਂ ਦਾ ਫਾਰਮੂਲਾ ਤਿਆਰ ਹੋ ਜਾਏਗਾ। ਫਾਰਮੂਲਾ ਤਿਆਰ ਤੁਸੀਂ ਕਰਨਾ, ਤੁਸੀਂ ਉਤਨਾ ਕੀ ਮਕਦਾਰ ਵਿੱਚ ਕਰਨਾ ਜਿਹੜਾ ਤੁਸੀਂ 1 ਹਫ਼ਤੇ ਵਿੱਚ ਯੂਜ਼ ਕਰ ਸਕੋ। ਜ਼ਿਆਦਾ ਬਣਾ ਕੇ ਤੁਸੀਂ ਨਹੀਂ ਰੱਖਣਾ, ਤੇ ਤੁਸੀਂ ਇਹਨੂੰ ਕਮ ਦਰਜਾ ਹਰਾਰਤ ਵਾਲੀ ਠੰਡੀ ਜਗ੍ਹਾ ਤੇ ਫਾਰਮੂਲੇ ਨੂੰ ਰੱਖਣਾ। ਕੋਸ਼ਿਸ਼ ਕਰੋ ਕਿ ਫ੍ਰੀਜ਼ਰ ਵਿੱਚ ਇਹਨੂੰ ਤੁਸੀਂ ਸਟੋਰ ਕਰੋ, ਰਾਤ ਨੂੰ ਲਗਾਉਣ ਲੱਗਿਆ ਆਪਣਾ ਫਾਰਮੂਲਾ ਲਗਾ ਕੇ ਫਿਰ ਉਹਨੂੰ ਫਰਿੱਜ ਵਿੱਚ ਮਹਿਫੂਜ਼ ਕਰ ਦਿੱਤਾ, ਤੇ ਇਨਸ਼ਾਅੱਲਾ ਤੁਹਾਡਾ 1 ਹਫ਼ਤੇ ਵਿੱਚ ਵਾਈਟਨਿੰਗ ਬ੍ਰਾਈਟਨਿੰਗ ਚ ਬੇਪਨਾਹ ਇਜ਼ਾਫਾ ਹੋਏਗਾ, ਰਿੰਕਲ ਪਿੰਪਲ ਓਪਨ ਪੋਰਸ ਦਾ ਮੁਕੰਮਲ ਖਾਤਮਾ ਹੋ ਜਾਏਗਾ, ਜਿਹੜਾ ਕਿ ਬਹੁਤ ਮਹਿੰਗੀਆਂ ਮਹਿੰਗੀਆਂ ਤੁਸੀਂ ਕਰੀਮਾਂ ਨਾਲ ਵੀ ਨਹੀਂ ਕਰ ਸਕੇ। ਤੁਸੀਂ 250 ਰੁਪਏ ਦੇ ਫਾਰਮੂਲੇ ਨਾਲ ਇਹ ਤੁਸੀਂ ਓਪਨ ਪੋਰਸ ਦਾ ਮੁਕੰਮਲ ਤੌਰ ਤੇ ਖਾਤਮਾ ਕਰੋਗੇ ਇਨਸ਼ਾਅੱਲਾ। ਮੈਂ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਅਗਰ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਮਿਲਦੇ ਇਸ ਤੋਂ ਨੈਕਸਟ ਵੀਡੀਓ ਵਿੱਚ, ਆਪਣਾ ਖਿਆਲ ਰੱਖਿਏਗਾ, ਅੱਲਾ ਹਾਫਿਜ਼।